ਬਾਈ ਜੀ ਜਿੱਥੇ ਤੁਸੀਂ ਖੜੇ ਹੋ ਇੱਥੇ ਕਿਹੜਾ ਸੀਨ ਹੋਇਆ ਸੀ ਉਹ ਵੀ ਮਾੜਾ ਜ਼ਿਕਰ ਕਰ ਦਿਓ। ਬਾਈ ਜੀ ਇੱਥੇ ਜਿਹੜਾ ਸੀਨ ਹੋਇਆ ਸੀ ਆਪਾਂ ਦੇ ਉਹ ਇੱਥੇ ਪੁਰਾਣੀ ਕੋਠੀ ਹੁੰਦੀ ਸੀ ਆਹ ਜਿਹੜਾ ਜੀ ਔਲੂ ਆਹ ਹਾਂਜੀ ਇਹ ਜੀ ਉਦੋਂ ਵਾਲਾ ਹੀ ਆ ਇਹ ਸੇਮ ਇਹੀ ਆ ਇਹਦਾ ਕੋਈ ਤਾਂ ਕੁਛ ਨਹੀਂ ਬਦਲਿਆ ਗਿਆ ਇਹਦੇ ਉਹ ਸਿਰ ਤੱਕ ਪੈਪ ਬਦਲਿਆ ਗਿਆ ਸੀਮੈਂਟ ਦਾ ਉਹਦੀ ਜਗ੍ਹਾ 'ਚ ਦੋ ਮੋਟਰਾਂ ਵਾ ਆਹ ਚੀਜ਼ ਉਹੀ ਆ। ਆਹ ਜਗ੍ਹਾ 'ਤੇ ਅਸੀਂ ਪਿਆਜ਼ ਲਾਉਂਦੇ ਸੀ ਉਹ ਕਹਿੰਦੇ ਇੱਥੇ ਵੀ ਤੁਸੀਂ ਬੱਕੀ ਸਾਈਡ 'ਤੇ ਇੱਥੇ ਪਿਆਜ਼ ਲਾਉਂਦੇ ਸੀ ਅਸੀਂ ਉਹਨਾਂ ਸਾਨੂੰ ਅੱਛਾ ਵੀ ਇੱਥੇ ਪਿਆਜ਼ ਲਾਵੋ ਅਤੇ ਸਾਡੇ ਚਾਦਰੇ ਪਵਾ ਕੇ ਕਈਆਂ ਫੜਾ ਕੇ ਅਸੀਂ ਪਿਆਜ਼ ਗੁੱਡਿਆ ਇੱਥੇ ਲਾਇਆ ਸਾਰਾ ਗੱਡ ਕੇ ਦਿੱਤਾ ਸੀ। ਇੱਕ ਤੁਸੀਂ ਗੱਲ ਜ਼ਿਕਰ ਕਰ ਰਹੀ ਸਕੂਲ ਦੇ ਮਗਰ ਜਿਹੜੇ ਗਾਣਾ ਸ਼ੂਟ ਹੋਇਆ ਵਾ ਵਰਿੰਦਰ ਅਤੇ ਮਨਪ੍ਰੀਤ ਦਾ ਦੋਨਾਂ ਦਾ ਸੀਗਾ ਗਾਣਾ ਨਾ ਸਰੋਂ ਗੱਡੀ ਕਾਫੀ ਸੀ ਸਰੋਂ ਵਾਹਵਾ ਸੀ ਹਾਂਜੀ ਉਹ ਲਾਏ ਸੀ ਉਹ ਜੀ ਆਹੀ ਜਗ੍ਹਾ 'ਤੇ ਸ਼ੂਟ ਹੋਇਆ ਸੀ ਆਪਣੇ ਜੀ ਆਹੀ ਜ਼ਮੀਨ 'ਚ ਸ਼ੂਟ ਹੋਇਆ ਸੀਗਾ ਅਤੇ ਅਸੀਂ ਉਦੋਂ ਸਾਰਾ ਪਿੰਡ ਖੜਾ ਦੇਖਦਾ ਸੀ ਉਹ ਕਹਿੰਦਾ ਨਾ ਰੇਡੀ 'ਤੇ ਸੀਨ ਕਰ ਦਿੰਦੇ ਆ ਜੀ ਟਰੈਕ ਦੇ ਉੱਤੇ ਟਰੈਕ 'ਤੇ ਰੇਡੀ 'ਚ ਲੱਗ ਉੱਤੇ ਉਹ ਖੜੇ ਆਏ ਨੱਚ ਰਹੇ ਸੀ ਅਤੇ ਉਹ ਥੱਲੇ ਆਏ ਬੰਦਾ ਉਹਨੂੰ ਬੈਠਾ ਰੋੜ ਰਿਹਾ ਸੀ ਉਹ ਆਏ ਰੋੜਦਾ ਉਹਨੇ ਅੱਗੇ ਦੇਖਿਆ ਇਹਨੂੰ ਰੇਡੀ ਥੱਲੇ ਲਾਤੀ ਉਹ ਵਰਿੰਦਰ ਅਤੇ ਉਹ ਕੁੜੀ ਸੀ ਹੀਰੋਇਨ ਉਹ ਦੋਨੇ ਜਣੇ ਆਏ ਜੇ ਕਰਕੇ ਉਹ ਬਰਸੀਨ ਜਿਹੇ 'ਚ ਡਿੱਗ ਪਏ ਬਚਾ ਹੋ ਗਿਆ ਕਿ ਡਿੱਗੀ ਪਈ ਸੀ ਢੇਰੀ ਲਾਈ ਸੀ ਨਰਮੇ ਦੀ ਮੇਰੇ ਘਰੋਂ ਹੀ ਚੱਕ ਕੇ ਲਿਆਏ ਨਰਮੇ ਦੇ 2 ਕਿੱਲੇ ਸੀਗੇ ਉਹਨਾਂ ਮੂਹਰੇ ਢੇਰੀ ਲਾ ਲਈ ਫਿਰ ਅਸੀਂ ਟਰਾਲੀ 'ਚ ਭਰ ਨਰਮਾ ਵੀ ਘਰੋਂ ਲੈ ਕੇ ਆਏ ਸੀ ਬਾਈ ਜੀ ਇੱਥੇ ਫਿਰ ਚੁਗਣ ਲਾਏ ਮੁੰਡੇ ਲਾਏ ਸੀ ਅਸੀਂ ਬੁੜੀਆਂ ਨਹੀਂ ਮੈਂ ਲੱਗੀਆਂ ਹੋਈਆਂ ਬੁੜੀਆਂ ਸੀ ਸਾਡੇ ਐਵੇਂ ਮੈਂ ਫੋਟੋ ਨਹੀਂ ਲੈਣ ਦੇਣੀ ਹੈ ਅੱਛਾ ਜੀ ਬੁੜੀਆਂ ਦੀ ਫੋਟੋ ਨਹੀਂ ਮੇਰੇ ਪਿੰਡ ਦੀ ਇੱਜ਼ਤ ਆ ਹਾਂਜੀ ਚਲੋ ਇਹ ਵੀ ਸਿਆਣ ਬੜੀ ਹੈ ਨਾ ਸਿੱਧੀ ਗੱਲ ਆ ਹਾਂਜੀ ਮੈਂ ਬੰਦੇ ਲੱਗਣਗੇ ਜਿਹੜੇ ਚੋਰੀ ਕਰਦੇ ਆ ਜਾਣੀ ਹਾਂਜੀ 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 ਉਹ 5-7 ਮੁੰਡੇ ਲਾ ਤੇ ਅਸੀਂ ਉਹ ਚੁੱਕ ਲਿਆ ਫਿਰ ਟਰਾਲੀਆਂ ਭਰ ਲਈਆਂ ਟਰਾਲੀਆਂ ਭਰ ਕੇ ਅਖੀਰ ਵਿਹਲਾ ਸੀਗਾ ਇਹਦੇ ਵਿੱਚ ਹੀ ਅਸੀਂ ਇਹਨੂੰ ਦਬ ਲਿਆ ਤੁਹਾਡਾ ਉਹਦੇ ਵਿੱਚ ਟਰੈਕਟਰ ਸੀਗਾ ਮੇਰਾ ਆਈਸ਼ਾ ਟਰੈਕਟਰ ਆਈਸ਼ਾ ਟਰੈਕਟਰ ਸੀਗਾ ਤੁਹਾਡਾ ਆਪਣਾ ਸੀਨ ਵੀ ਸੀਗਾ ਵਿੱਚ ਕੋਈ ਮੇਰਾ ਮੈਂ ਖੁਦ ਚਲਾਉਣਾ ਅੱਛਾ ਤੁਸੀਂ ਖੁਦ ਚਲਾਉਂਦੇ ਹੋ ਹਾਂਜੀ ਹਾਂ ਅੱਛਾ ਹੋਰ ਕਿਹੜੇ ਕਿਹੜੇ ਸੀਨ ਤੁਸੀਂ ਉਹਨਾਂ ਨਾਲ ਕੀਤੇ ਮੈਂ ਇੱਕ ਹੀ ਕੀਤਾ ਇੱਥੇ ਵਾਲਾ ਸ਼ੂਟਿੰਗ ਫਿਲਮ ਦੀ ਸਾਰੀ ਦੇਖੀ ਜਾਂ ਸਾਰੀ ਦੇਖੀ ਆ ਤਕਰੀਬਨ ਦੇਖੀ ਆ ਅਤੇ ਉਹ ਸੂਏ 'ਤੇ ਵੀ ਹੋਈ ਸੀ ਸ਼ੂਟਿੰਗ ਗਾਣੇ ਦੀ ਹੋਈ ਸੀ ਹਾਂ ਇਹ ਸੂਏ 'ਤੇ ਅੱਛਾ ਬਾਈ ਵਰਿੰਦਰ ਦਾ ਸੁਭਾਅ ਕਿੱਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਸੀਗਾ ਬੰਦਾ ਹੀ ਬਾਹਲਾ ਵਧੀਆ ਸੀ ਅੱਛਾ ਜੀ ਮੈਂ ਕਹਿੰਦਾ ਗੱਲ ਹੀ ਛੱਡ ਦਿਓ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਹੇ ਅਸੀਂ ਇੱਥੇ ਹੀ ਰਹੇ ਤਕਰੀਬਨ 7-8 ਦਿਨ ਸਾਡੇ ਇੱਥੇ ਹੀ ਰਹੇ ਆ ਕੋਲ ਹੀ ਰਹੇ ਹਾਂ ਖਾਸਮੁਖ ਬੰਦਾ ਸੀਗਾ ਬੜਾ ਮੈਂ ਕਹਿੰਦਾ ਪਰਿਵਾਰ ਹੀ ਉਹ ਸਾਰਾ ਹੀ ਚੰਗਾ ਸੀਗਾ ਮੇਰ ਮਿੱਤਰ ਆਇਆ ਕਹਿੰਦਾ ਤੂੰ ਬਿਸਕੁਲਟੀ ਨਹੀਂ ਲਾਈ ਉਹ ਕਹਿੰਦਾ ਇੱਥੇ ਲੋੜ ਹੀ ਨਹੀਂ ਇੰਨੇ ਵਧੀਆ ਬੰਦੇ ਨੇ ਬਹੁਤ ਵਿਚਾਰ ਵਧੀਆ ਨੇ ਮੈਂ ਬਾਤਨ ਵਾਲੇ ਆ ਉਹ ਜਿੱਥੇ ਮੇਰੀ ਮੋਟਰ ਆ ਇੱਥੇ ਤੇ ਪੰਜਾਬੀਆਂ ਦੇ ਉੱਤੇ ਹੱਦੋਂ ਵੱਧ ਮਾਣ ਸੀਗੇ ਕੰਮ ਨਹੀਂ ਉਹਨੂੰ ਪਤਾ ਸੀਗਾ ਇਹ ਵੀ ਚੰਗੇ ਲੋਕ ਸਾਡੇ ਲੋਕਾਂ 'ਚ ਕੋਈ ਹੈ ਨਹੀਂ ਆਪਾਂ ਪਿਆਰ ਮੁਹੱਬਤ ਵਾਲੇ ਹਾਂ ਇਹ ਨਹੀਂ ਆਹ ਰਾਹ 'ਤੇ ਹੀ ਚੱਲੀ ਆ ਠੀਕ ਹੈ ਨਾ ਹਾਂਜੀ ਇੱਥੇ ਸ਼ੂਟਿੰਗ ਹੋਈ ਆ ਫਿਰ ਪਹਿਲਾਂ ਤਾਂ ਨਰਮੇ ਦਾ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਬੀਬੀਆਂ ਆਈਆਂ ਸੀਗੀਆਂ ਹਾਂਜੀ ਹਾਂਜੀ ਉਹਨਾਂ ਨਾਲ ਵੀ ਫਿਰ ਉਹ ਚਲੋ ਉਹ ਤਾਂ ਫਿਲਮ ਦੇ ਵਿੱਚ ਜਿਸ ਤਰ੍ਹਾਂ ਸਟੋਰੀ ਬਣਦੀ ਆ ਬਣਾਈ ਆ ਉਹਨਾਂ ਨੇ ਇਹ ਵਕੀਲ ਨੇ ਬਣਾਈ ਸੀ ਠੀਕ ਹੈ ਇਹਨੇ ਤੇ ਆਪਣੇ ਸਵੱਦੀ ਵਾਲਾ ਕੁਲਦੀਪ ਜੀ ਹਾਂਜੀ ਹਾਂਜੀ ਉਹ ਨੇ ਇਹਨਾਂ ਨੇ ਉਹ ਆਪਣੇ ਜਿਵੇਂ ਕਹਿੰਦੇ ਖਰਚਾ ਖੁਰਚਾ ਤੁਸੀਂ ਤਾਂ ਚਲੋ ਉਸ ਹਿਸਾਬ ਦੇ ਚੜ੍ਹਦੀ ਉਮਰ ਦੇ ਵਿੱਚ ਹੋਵੋਗੇ ਨਾ ਮੈਂ ਚੜ੍ਹਦੀ ਉਮਰ ਹਾਂ ਅਤੇ ਕੋਈ ਘਟਨਾ ਯਾਦ ਹੋਵੇ ਜੀ ਕਟਿੰਗ ਦੀ ਮੇਰੀ ਹਾਂਜੀ ਹਾਂਜੀ ਹੁਣ ਤਾਂ ਪਤਾ ਨਹੀਂ ਲੱਗਦਾ ਪਰ ਉਹ ਜਿਹੜਾ ਟਰੈਕਟਰ ਆ ਉਹ ਤਾਂ ਤੁਹਾਨੂੰ ਪਛਾਣ ਆਊਗੀ ਮੂੰਹ ਤੋਂ ਦੋਸਤੋ ਇਹ ਬਾਈ ਜੀ ਆ ਜਿਹੜੇ ਆਈਸ਼ਾ ਟਰੈਕਟਰ ਦੇ ਉੱਤੇ ਜੱਟ ਦੇ ਜ਼ਮੀਨ ਦੇ ਵਿੱਚ ਨਰਮਾ ਕਪਾਹ ਦੇ ਵਿੱਚ ਜਿਹੜਾ ਸ਼ੂਟ ਹੋਇਆ ਇਹ ਬਾਈ ਜੀ ਟਰੈਕਟਰ ਚਲਾਉਂਦੇ ਆ ਇਹਨਾਂ ਦਾ ਆਪਦਾ ਹੀ ਟਰੈਕਟਰ ਸੀਗਾ ਦੇਖ ਲਓ ਫਿਲਮ ਵੀ ਦੁਬਾਰਾ ਰਿਪੀਟ ਕਰਕੇ ਦੇਖ ਲਿਓ ਬੜੇ ਬਾਈ ਜੀ ਦਿਲ ਦਰਿਆ ਵੀ ਬੰਦੇ ਆ ਅੱਛਾ ਬਾਈ ਜੀ ਘਟਨਾ ਵਾਪਰ ਗਈ ਬਹੁਤ ਮੰਦ ਭਾਗੀ ਹੋਈ ਯਾਨੀ ਸਾਡੇ ਪਿੰਡ ਨੂੰ ਨਾ ਬਹੁਤ ਵੱਡਾ ਘਾਟਾ ਪੈ ਗਿਆ ਜੇ ਤੁਸੀਂ ਗੱਲ ਸਹੀ ਪੁੱਛਦੇ ਹੋ ਹਾਂਜੀ ਹਾਂਜੀ ਕਿਉਂ ਸਾਡੇ ਪਿੰਡ 'ਚ ਇਹ ਵਾਪਰੀ ਆ ਪਤਾ ਨਹੀਂ ਕੀਤਾ ਕਿਹਨੇ ਕੀ ਸਾਰਾ ਕੀਤਾ ਹਾਂਜੀ ਸਾਰੇ ਪਿੰਡ 'ਚ ਦੀਵੇ ਬੁਝ ਗਏ ਉਸ ਟਾਈਮ 'ਤੇ ਸਹੀ ਗੱਲ ਕਹਿ ਰਿਹਾ ਮੈਂ ਜਾਣੀ ਸਾਰੇ ਪਿੰਡ ਨੇ ਸੋਗ ਮਨਾਇਆ ਬਹੁਤ ਦੁੱਖ ਪਾਇਆ ਇਹ ਚੀਜ਼ ਦਾ ਪਰ ਸਾਨੂੰ ਪਤਾ ਨਹੀਂ ਵੀ ਕਿਹਨੇ ਇਹ ਕੰਮ ਲਾਈਟ ਇੱਕਦਮ ਆਫ ਹੋ ਗਈ ਜਦੋਂ ਇਹ ਕੰਮ ਹੋਇਆ ਜਦੋਂ ਗੋਲੀ ਚੱਲੀ ਤੁਸੀਂ ਉੱਥੇ ਸੀ ਨਹੀਂ ਮੈਂ ਉੱਥੇ ਸੀ
ਕੋਈ ਬਾਅਦ ਦੇ ਵਿੱਚ ਗੱਲ ਸੁਣੀ ਹੋਵੇ ਵੀ ਕਿੱਥੋਂ ਆਏ ਬੰਦੇ ਕਿੰਨੇ ਸੀ ਕੀ ਗੱਲਬਾਤ ਕਿੰਨੀ ਕਿਸੇ ਨੂੰ ਪਤਾ ਹੀ ਨਹੀਂ ਹੈ ਸ਼ੂਟਿੰਗ ਚੱਲ ਰਹੀ ਸੀ ਗਾਣਾ ਚੱਲ ਰਿਹਾ ਸੀ ਕਾਠੀ ਬੜਾ ਜ਼ਿਆਦਾ ਸੀ ਬੜਾ ਕਾ ਬਨੇਰਿਆਂ 'ਤੇ ਬੈਠੇ ਸੀ ਲੋਕ ਕੋਠਿਆਂ 'ਤੇ ਵੀ ਪਰੇ ਪਏ ਸੀ ਦਿਲ ਬਹੁਤ ਟੁੱਟਿਆ ਵੀ ਯਾਰ ਇਹ ਘਟਨਾ ਸਾਡੀ ਪਿੰਡ ਦੀ ਵਾਪਰੀ ਫਿਰ ਸਵੇਰ ਨੂੰ ਸਾਰਾ ਪਿੰਡ ਇਕੱਠਾ ਕਰ ਲਿਆ ਹਾਂਜੀ ਕਹਿੰਦੇ ਉਹ ਜਿਹੜਾ ਇੰਸਪੈਕਟਰ ਸੀਗਾ SSP ਹਾਂਜੀ ਹਾਂਜੀ ਉਹ ਕਹਿੰਦਾ ਵੀ ਇੱਕ ਬੰਦਾ ਹੀ ਇਹਦੇ ਮੈਂ ਹੁਣ ਕੱਢ ਲਉ ਜਥੇਦਾਰ ਕਹਿੰਦਾ ਮੇਰੇ ਪਿੰਡ 'ਚ ਨਹੀਂ ਆਇਆ ਇਹ ਕੰਮ ਜਿੱਥੇ ਦਲੀਪ ਸਿੰਘ ਨੇ ਕਿਹਾ ਜਥੇਦਾਰ ਦਲੀਪ ਸਿੰਘ ਬੜੇ ਸਿਆਣੇ ਬੰਦੇ ਸੀਗੇ ਬਹੁਤ ਵਧੀਆ ਹਾਂਜੀ ਉਹ ਕਹਿੰਦਾ ਨਹੀਂ ਇੱਥੇ ਕੋਈ ਮੇਰੇ ਪਿੰਡ 'ਚ ਨਹੀਂ ਮੈਂ ਜ਼ਿੰਮੇਵਾਰਾਂ ਪਿੰਡ ਦਾ ਜੇ ਮੇਰੇ ਪਿੰਡ 'ਚ ਹੋਵੇ ਤਾਂ ਬੱਚਤ ਹੋਈ ਹੈ ਸਾਡੇ ਪਿੰਡ 'ਚ ਤਾਂ ਬੱਚਤ ਹੋਈ ਹੈ ਵੈਸੇ ਵਰਿੰਦਰ ਜਿਹੜਾ ਸੀ ਨਾ ਹਸਮੁੱਖ ਬੰਦਾ ਸੀ ਮੈਡਮ ਵਰਤਣ ਵਾਲਾ ਸੀ ਕੋਈ ਉਹਦੇ ਮਨ 'ਚ ਮੈਨੂੰ ਕੋਈ ਉਹਨੂੰ ਆਪ ਨੂੰ ਖਤਰਾ ਹੀ ਨਹੀਂ ਸੀ ਕੋਈ ਇੱਥੇ ਐਬ ਨਹੀਂ ਸੀ ਬਸ ਉਮਰ ਘੱਟ ਗਈ ਜਿੱਦਾਂ ਮਰਜ਼ੀ ਜਾਣੀ ਉਹ ਇਹੋ ਜਿਹਾ ਵਧੀਆ ਪੰਜਾਬੀ ਬਹੁਤ ਸੋਹਣੀ ਬੋਲਦਾ ਸੀ ਉਹਦੇ ਜਿਹੜੇ ਸੀਨ ਸੀ ਬਹੁਤ ਵਧੀਆ ਸ਼ੂਟਿੰਗ ਵਧੀਆ ਚੱਲਦੀ ਸੀ ਇੱਥੇ ਪਿੰਡ ਦਾ ਨਾਂ ਚਮਕਣਾ ਸੀ ਹੋਰ ਸ਼ੂਟਿੰਗਾਂ ਹੋਣੀਆਂ ਸੀ ਬਹੁਤ ਜ਼ਿਆਦਾ ਪਰ ਉਹ ਕੰਮ ਰੁਕ ਗਿਆ ਹਾਂ ਦੋਸਤੋ ਬੜੇ ਪਿੰਡ ਵਾਸੀ ਵੀ ਅਫਸੋਸ ਮਨਾ ਰਹੇ ਆ ਬਹੁਤ ਅਫਸੋਸ ਮਨਾ ਰਹੇ ਆ ਦੇਖੋ ਕਿੰਨੀ ਵਧੀਆ ਇਹਨਾਂ ਨੇ ਗੱਲ ਕੀਤੀ ਵੀ ਜਿਸ ਦਿਨ ਵਰਿੰਦਰ 'ਤੇ ਗੋਲੀ ਵੱਜੀ ਉਸ ਦਿਨ ਸਾਰੀ ਤਲਵੰਡੀ ਕਲਾਂ ਦੇ ਦੀਵੇ ਬੁਝ ਗਏ ਸੀ ਅੱਛਾ ਬਾਈ ਜੀ ਉਹ ਸੱਜਣਾ ਮਿੱਤਰਾਂ ਨੇ ਦੇਖੋ ਇਤਿਹਾਸ ਬਦਲਦਾ ਰਹਿੰਦਾ ਪਤਾ ਨਹੀਂ ਇੱਕ ਫੇਸਬੁੱਕ ਦੇ ਵੀ ਅੱਜ ਕੱਲ੍ਹ ਯੂਟਿਊਬ ਦਾ ਜ਼ਮਾਨਾ ਵਾ ਕੁਝ ਸੱਜਣ ਮਿੱਤਰ ਕਹਿ ਰਹੇ ਆ ਵੀ ਤਲਵੰਡੀ ਕਲਾਂ ਦੇ ਵਿੱਚ ਜਿਸ ਦਿਨ ਸੂਟ ਚੱਲਦੀ ਸੀ ਸ਼ੂਟਿੰਗ ਚੱਲਦੀ ਸੀ ਉਸ ਦਿਨ ਕੋਈ ਧਾਰਮਿਕ ਸਮਾਗਮ ਸੀ ਨਗਰ ਕੀਰਤਨ ਸੀ ਬਈ ਉਹ ਵਰਿੰਦਰ ਦੀ ਸ਼ੂਟਿੰਗ ਲੋਕਾਂ ਨੇ ਨਹੀਂ 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 ਕੋਈ ਨਹੀਂ ਸੀ ਕੋਈ ਧਾਰਮਿਕ ਨਹੀਂ ਸੀ ਠੀਕ ਹੈ ਜੀ ਨਾ ਇਹ ਐਵੇਂ ਕੋਈ ਕੁਛ ਕਹੀ ਜਾਵੇ ਪ੍ਰੋਪੋਗੈਂਡਾ ਕਰੀ ਜਾਵੇ ਪ੍ਰੋਪੋਗੈਂਡਾ ਕਾਨੂੰਨ ਪਿਆ ਕਰੀ ਜਾਵੇ ਨਹੀਂ ਹੈ ਨਹੀਂ ਸੀ ਕੋਈ ਧਾਰਮਿਕ ਸੀ ਨਹੀਂ ਨਾ ਕੋਈ ਇਸ ਗੱਲ ਨੂੰ ਮਾੜਾ ਹੀ ਕਹਿੰਦਾ ਸੀ ਪਿੰਡ ਵਾਸੀ ਵੀ ਸਾਰੇ ਰਾਜੀ ਸੀ ਵੀ ਚਲੋ ਹਾਂ ਕੋਈ ਗੱਲ ਨਹੀਂ ਸਾਡੇ ਪਿੰਡ ਦਾ ਨਾਂ ਰੋਸ਼ਨ ਹੁੰਦਾ ਜੀ ਉੱਥੇ ਕਿਤੇ ਕੋਈ ਗਲਤ ਕੰਮ ਹੋ ਰਿਹਾ ਸੀ ਗਲਤ ਤਾਂ ਨਹੀਂ ਸੀ ਗਲਤ ਤਾਂ ਨਹੀਂ ਸੀ ਚਲੋ ਪਿੰਡ ਦਾ ਨਾਂ ਹਾਈ ਲੈਵਲ 'ਤੇ ਜਾਣਾ ਸੀ ਵੱਡੇ ਸਿਨੇਮਾ ਸਕਰੀਨ ਇਹ ਇੰਨੀ ਵਧੀਆ ਚੀਜ਼ ਬਣ ਰਹੀ ਸੀ ਸਾਨੂੰ ਇਸ ਚੀਜ਼ ਦਾ ਮਾਣ ਸੀ ਵੀ ਸਾਡਾ ਵੀ ਨਾਂ ਹੋ ਸਾਡਾ ਵੀ ਨਾਂ ਹੋ ਜਾਵੇ ਦੋਸਤੋ ਇਹ ਹਸਪਤਾਲ ਬੇਸ਼ੱਕ ਦੂਜੇ ਪਾਸੇ ਨਵਾਂ ਬਣ ਗਿਆ ਪਰ ਇਹ ਪੁਰਾਣਾ ਹਸਪਤਾਲ ਸੀ ਤਲਵੰਡੀ ਕਲਾਂ ਦਾ ਬਾਈ ਜੀ ਹੋਰ ਸੀਨ ਇੱਥੇ ਕਿਹੜਾ ਕਿਹੜਾ ਹੋਇਆ ਇੱਥੇ ਦੂਜਾ ਸੀਨ ਹੋਇਆ ਸੀ ਮੇਰੇ ਮਿੱਤਰਾਂ ਦੀ ਘਰਵਾਲੀ ਲੈ ਕੇ ਆਉਂਦਾ ਵਾ ਹਾਂਜੀ ਅਤੇ ਰਾਜ ਡਾਕਟਰ ਇੱਥੇ ਆਪਦਾ ਕਰਦਾ ਸੀ ਉਹ ਡਾਕਟਰੀ ਪੁਣਾ ਅਤੇ ਜਦੋਂ ਲੈ ਕੇ ਆ ਕਮਰਾ ਉਹ ਇੱਥੇ ਕਮਰੇ 'ਚ ਇੱਥੇ ਉਹਦੇ ਮੰਜੇ 'ਤੇ ਪਾ ਲੈਂਦਾ ਚੈੱਕਅਪ ਕਰਦਾ ਵਾ ਹਾਂਜੀ ਸਾਰਾ ਇੱਥੇ ਚੈੱਕਅਪ ਕਰਕੇ ਫਿਰ ਉਹਨੂੰ ਕਹਿੰਦਾ ਵੀ ਵੀ ਬੱਚਾ ਹੋਣ ਵਾਲਾ ਵਾ ਅਤੇ ਉਹ ਮੇਰੇ ਮਿੱਤਰ ਦਾ ਸੀਨ ਫਿਰ ਇੱਥੇ ਹੋਇਆ ਇੱਥੇ ਹੋਇਆ ਦਲੀਪ ਸਿੰਘ ਜੀ ਨੇ ਉਹਨਾਂ ਨੇ ਜ਼ਮੀਨ ਹਸਪਤਾਲ ਨੂੰ ਆਪਣੇ ਪੱਲਿਓਂ ਦੇ ਕੇ ਫ੍ਰੀ ਉਹ ਦੇਖੋ ਹਸਪਤਾਲ ਉਹਦਾ ਦਿਖਾ ਦਿਓ ਨਵਾਂ ਹਸਪੀਟਲ ਬਣਾ ਦਿੱਤਾ ਵਾ ਨੰਬਰ 1 ਤੇ ਚੱਲ ਰਿਹਾ ਇਹ ਹਸਪੀਟਲ ਤਲਵੰਡੀ ਕਲਾਂ ਦਾ ਇਲਾਕੇ ਦੇ ਵਿੱਚੋਂ ਪੂਰੇ 1 ਨੰਬਰ 'ਤੇ ਚੱਲ ਰਿਹਾ ਉਹਨਾਂ ਦਲੀਪ ਸਿੰਘ ਦਾ ਬਹੁਤ ਬਹੁਤ ਪਿੰਡ ਵਾਲੇ ਧੰਨਵਾਦ ਕਰਦੇ ਆ ਔਰ ਪਿੰਡ ਵਾਲਿਆਂ ਦਾ ਪੂਰਾ ਪੂਰਾ ਸਹਿਯੋਗ ਇਸ ਹਸਪਤਾਲ ਦੇ ਲਈ ਦੇ ਰਹੇ ਆ ਬਾਈ ਜੀ
ਇੱਥੇ ਫਿਲਮ ਦਾ ਉਹ ਸੀਨ ਸ਼ੂਟ ਹੋਇਆ ਆਹ ਉਹੀ ਗੇਟ ਆ ਜਦੋਂ ਯੋਗਰਾਜ ਉਹ ਧੱਕਾ ਦੇ ਕੇ ਉਹ ਮਾਤਾ ਨੂੰ ਬਾਹਰ ਕੱਢਦਾ ਜਿਹੜੀ ਜ਼ਮੀਨ ਦਾ ਠੇਕਾ ਲੈਣ ਆਉਂਦਾ ਸੀਨ ਵਾ ਜਦੋਂ ਗੁੱਗੂ ਗਿੱਲ ਦੀ ਆਪਣੀ ਜੀਪ ਚੜ੍ਹਦੀ ਤਾਂ ਨੂੰ ਤੇ ਉਧਰੋਂ ਟਰੈਕਟਰ ਆਉਂਦਾ 9-11 ਕਰ ਭੈਣ ਦਾ ਵੀਰਾ ਸਕੜੇ ਨੂੰ ਪਰੇ ਇਦਾਂ ਆਣ ਕੇ ਕਹਿੰਦਾ ਕਿ ਕਰ ਪਰੇ ਸਕੜੇ ਨੂੰ ਵੀਰਾ ਇਦਾਂ ਕਰਕੇ ਕਹਿੰਦਾ ਜਦੋਂ ਲੜਾਈ ਵੀ ਹੁੰਦੀ ਬਾਅਦ ਵਿੱਚ ਸ਼ੇਰਾ ਆਉਂਦਾ ਹਾਂਜੀ ਉਹ ਆਹ ਸੀਨ ਆ ਜੀ ਹਾਂਜੀ ਇੱਥੇ ਦਾ ਪੰਜਾਬੀ ਫਿਲਮ ਜੱਟ ਤੇ ਜ਼ਮੀਨ ਦੀ ਬਹੁਤੀ ਸ਼ੂਟਿੰਗ ਤੇ ਤਲਵੰਡੀ ਕਲਾਂ ਪਿੰਡ ਹੋਈ ਸੀ ਜ਼ਿਲ੍ਹਾ ਲੁਧਿਆਣਾ ਵਿਖੇ ਅਤੇ ਬਹੁਤੀ ਬਾਕੀ ਜਿਹੜੀ ਰਹਿੰਦੀ ਹੋਈ ਸ਼ੂਟਿੰਗ ਸੀ ਉਹ ਪਿੰਡ ਬਾਸੀਆਂ ਬੇਟ ਆ ਉੱਥੇ ਹੋਈ ਸੀ ਆ ਨਹਿਰ ਤੋਂ ਤੁਸੀਂ ਦੇਖ ਸਕਦੇ ਹੋ ਆਹ ਬਾਸੀਆਂ ਵਾਲੀ ਨਹਿਰ ਆ ਹਾਂਜੀ ਇੱਥੇ ਜਦੋਂ ਵਰਿੰਦਰ ਟਰੈਕਟਰ ਲੈ ਕੇ ਜਾਂਦਾ ਜਦੋਂ ਕੁੜੀ ਬੈਠੀ ਹੁੰਦੀ 9-11 ਟਰੈਕਟਰ 'ਤੇ ਹਾਂਜੀ ਉੱਥੋਂ ਉਹ ਸਿੱਧਾ ਲੈ ਕੇ ਜਾਂਦਾ ਜੀ ਟਰੈਕਟਰ ਹਾਂਜੀ ਉੱਥੇ ਗੈਸਟ ਹਾਊਸ ਹੁੰਦਾ ਉਹ ਸਾਹਮਣੇ ਗੈਸਟ ਹਾਊਸ ਵੀ ਦਿਸਦਾ ਪਿਆ ਹਾਂਜੀ ਗੁੱਗੂ ਗਿੱਲ ਅਤੇ ਸ਼ੇਰੇ ਦਾ ਹਾਂਜੀ ਉਹ ਆਹੋ ਜਗ੍ਹਾ ਜੀ ਹਾਂਜੀ ਉਦੋਂ ਹੁਣ ਇਸ ਟਾਈਮ ਉਦੋਂ ਕੱਚਾ ਹੁੰਦਾ ਸੀ ਹਾਂਜੀ ਉਦੋਂ ਕੱਚਾ ਹੁੰਦਾ ਸੀ ਉਹ ਸੜਕ ਬਣ ਚੁੱਕੀ ਹੁਣ ਜੀ ਆਹੋ ਜਗ੍ਹਾ ਜੀ ਆ ਦੇਖ ਸਕਦੇ ਹਾਂ ਤੁਸੀਂ ਫਿਲਮ ਦੇ ਵਿੱਚ ਜੱਟ 'ਤੇ ਜ਼ਮੀਨ ਫਿਲਮ ਦੇ ਵਿੱਚ